Okay. प्यारे दोस्तों मेरा नाम है श्याम अब्बास और आप देख रहे हैं जी शामी को चैनल दोस्तों इस चैनल पर आपका वेलकम करते हैं जी आज की एपिसोड में वीडियो की डेट है जी दोस्तों, मार्च दो हजार चौबीस दिन एतवार का मौजूद है जी एक नए फार्मर के पास नए फार्म पे तो आपको माशाल्लाह बताता चलूं कि एक वीडियो इनकी माशाल्लाह पहले लग चुकी है तकरीबन तीन वीक्स पहले तीन वीक्स पहले तो वो लगी थी सोमवार के तो माशाल्लाह उसके बाद जो है ना वो जानवर रहते सेल हो जाते लेकिन माशाल्लाह आज जानवर आए हैं तो उनके पास मौजूद थे तो कहा कि वीडियो बना लेते हैं तो बड़े माशाल्लाह कमाल के जानवर रहते हैं तो बड़ी वजह यह है ना कि रेट बिल्कुल जायज माशाल्लाह अगर आप कहते हैं खागड़ लेनी है लेकिन जानवर जो है ना वो खागड़ के रेट पर हमें तैयार मिले या ताजी सुइए मिले तो माशाल्लाह इस फार्म पर आपको वो मिलेंगे फिर रमजान भी चल रहा है इंशाल्लाह पैकेज आपको लेकर देंगे जरूर अंकल खुद भी लगाएंगे लोकेशन भी आपको पूछ कर बताते हैं डिटेल भी लेते हैं अस्सलाम वालेकुम ਚਾਚੂ ਜੀ ਕਿਹਾ ਹਾਲੋ ਸੇ ਤਬੀਅ ਠੀਕ ਆ ਮਾਸ਼ਾ ਅੱਲਾਹ ਸਾਬ ਨਾ ਪਹਿਲੇ ਬਰਾਵਨ ਆਪਣਾ ਨਾਮ ਵੀ ਦੱਸੋ ਤੇ ਆਪਣੀ ਲਿਕੇਸ਼ਨ ਦੱਸੋ ਸ਼ਾਹਿਦ ਇਮਰਾਨ ਮੇਰੇ ਨਾਲ ਸ਼ਾਹਿਦ ਇਮਰਾਨ ਅੱਛਾ ਜੀ ਸਾਲਮ ਇੰਡਸਟਰੀ ਨਾਲ 15 ਕਿਲੋਮੀਟਰ ਤੇ ਬਾਹਰ ਮੂਸਾ ਬਾਹਰ ਮੂਸਾ ਨਾਲ ਨਾਲ ਬਿਲਕੁਲ ਪਿੰਡ 44 ਚੱਕ ਕਾਨੂੰਨੀ ਅਹਿਮਦ ਜੀ ਜੀ 44 ਚੱਕ ਕਲੋਨੀ ਐਮ ਇ ਠੀਕ ਹੈ ਤੇ ਬਾਹਰ ਮੂਸਾ ਜਿਹੜੀ ਉਹ ਪਿੰਡ ਦਾ ਨਾਮ ਹੈ ਠੀਕ ਹੈ ਕਿ ਤੁਸੀਂ ਗੁਜਰਾਤ ਵਾਲੀ ਸਾਈਡ ਚਾਰੋ ਫਿਰ ਤੇ ਹੋਰ ਹੀ ਤੁਹਾਨੂੰ ਆਸਾਨੀ ਹੈ ਕਿ ਰਾਹ ਮੰਡੀ ਆ ਡਿੱਤਾ ਮੰਡੀ ਬਾਬਲਦੀਨ ਰੋਡ ਤੇ ਮੇਨ ਰੋਡ ਨਾਲ ਆਟ ਸਕਦੀ ਆ ਸੜਕ

ਜਾਨਵਰ लो जी दोस्तों नबर दा, दाना थे। दाना भी आ गया जी बड़े कमाल किस्मत नसीब आई वेखो पूरी कबूतरी माशाला चमक इक बारखनी है नस्ल फिर विराव फोकस करना तो पता चल ग नस्ल की क्रॉस गां माशाला, लेकिन बड़े माशाला कद एक फेस है बड़ी माशाट जिंझी फेसनी है बिली अखा जैन मन मोनी ਤੇ ਫਿਰ ਮੂੰਹ ਪਾਟ ਕੇ ਵੀ ਚਾਚੂ ਆ ਦਿਨ ਪਹਿਲ ਵੀ ਖਾਣਾ ਜਾਨਵਰ ਜੀ ਦੋ ਦਾਨ ਮੂੰਹ ਪਾਟ ਕੇ ਵੀ ਮਾਸ਼ਾਅੱਲਾ ਜੀ ਮੈਂ ਤੇ ਵੇਖ ਲਿਆ ਲੇਕਿਨ ਬਰਾਵਾ ਵਾਸਤੇ ਕੋਸ਼ਿਸ਼ ਵੱਧ ਕਰਦੇ ਆ ਕਿਉਂਕਿ ਮੇਰੀ ਤਸੱਲੀ ਹੋ ਗਈ ਮੂੰਹ ਚ ਹੈ ਜੀ ਦੋ ਦੰਦ ਇੱਕ ਵਾਰੀ ਦੋ ਦੰਦ ਐ ਮਾਸ਼ਾਅੱਲਾ ਬਰਾਵਾ ਵੀ ਵੇਖ ਲੈਣੀ ਆ ਹੁਣ ਹੋ ਗਈ ਤਸੱਲੀ ਛੱਡ ਦਿਓ ਜੀ ਪਹਿਲ ਦੱਸਿਆ ਦੁੰਦੀਆਂ ਚੌਗੀਆਂ ਚਿਕੀਆਂ ਹਰ ਕਿਸਮ ਜਾਨਵਰ ਆ ਨੇ जे फिर नहीं माशाला कमजोर जानवर कोई नी कमजोर इस तरह को माशाला थोड़े कमजोर है डिलवर होकर होमजोर लेकिन ऐसे गल नाशाला फिर चमक बड़ी रही है पूरी कबूतरी तो है जनाब ते चाचू पहला सूह इस

ਮੇਰਾ ਕੰਮ ਹੁੰਦਾ ਤੁਹਾਨੂੰ ਜਾਨਵਰ ਵਿਖਾਉਣਾ ਉਸ ਤੋਂ ਬਾਅਦ ਡਿਟੇਲ ਦੇਣੀ ਬਾਕੀ ਗੁੱਲੇ ਇੱਕ ਵਾਰੀ ਦੁਬਾਰਾ ਚੈੱਕ ਕਰਾ ਦੇ ਚਾਚੂ ਥੜਾ ਦੀ ਸਾਫ ਸੁਥਰੀ ਸਾਫ ਸੁਥਰੀ ਹਾਂਜੀ ਆਨਲਾਈਨ ਹੀ ਬਾਈ ਮੰਗਵਾਉਂਦੇ ਆ ਨਾ ਕੋਈ ਨਾ ਛੱਡ ਬਣ ਸੀ ਇਹ ਮੈਂ ਦੇ ਲ ਮੰਗਾਉਣ ਮੇਰੀ ਤਸਵੀਰ ਮਾਸ਼ਾਅੱਲਾ ਜੀ ਘਰ ਗਏ ਹੁੰਦੀ ਤਸੱਲੀ ਹੋਸੀ ਜੀ ਵੇਖ ਲੈਣੀ ਹੈ ਗੱਲ ਸੋੜ ਲੈਣੀ ਜੈਨੂਨ ਮੋਨੀ ਹੈ ਪਹਿਲਾ ਸੁਆ ਮੂੰਹ ਚ ਦੋ ਦੰਦ ਇਹ ਮਾਸ਼ਾਅੱਲਾ ਗੱਲ ਤੁਹਾਨੂੰ ਪਤਾ ਲੱਗੀ ਬਾਕੀ ਐਕਟਿਵ ਬੜੀਆ ਵੇਖੋ ਪਹਿਲਣ ਹੋ ਕੇ ਤੇ ਮਾਸ਼ਾਅੱਲਾ ਹੁਣ ਚਾਚੂ ਗੱਲ ਹੁੰਦੀ ਹੈ ਰੇਟ ਦੀ ਰੇਟ ਦੇ ਇੰਜ ਕੜਾਕ ਨਾ ਕੋਸ ਹੀ ਲਾਉਣਾ ਅੱਛਾ ਜੀ 275000 ਪੌਣੇ 3 ਲੱਖ ਲੋ ਜੀ ਦੋਸਤੋ ਪੌਣੇ 3 ਲੱਖ ਹੋ ਗਿਆ ਮਾਸ਼ਾਅੱਲਾ ਜਾਨਵਰ ਵੇਖਣਾ ਹੈ ਰੇਟ ਤਾਂ ਵੇਖਣਾ ਹੈ 275000 ਦਿਆ ਕਬੂਤਰੀ ਕੋਈ ਡੈਡ ਲੈੰਦੀ ਜ਼ਰੂਰ ਹੈ ਅੱਛਾ ਚਾਚੂ 275 ਦੋਗੇ ਤੁਸੀਂ ਸਰੇਟ ਲਾਇਆ ਮੇਰਾ ਪਿਆਰ ਮੁਹੱਬਤ ਕਿੰਨਾ ਕਰ ਸਵਿਚਮ 5000 270 ਜੀ ਲੋ ਜੀ ਦੋਸਤੋ 270 ਇੱਕ ਵਾਰੀ ਚੈੱਕ ਕਰਨੀ ਹੈ ਜੀ ਗਾਉ ਮਾਸ਼ਾਅੱਲਾ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਆ 270000 ਚਾਚੂ ਤੇ ਇਹ ਦੋਸਤ ਸੀ ਗੱਲ ਕੀਤੀ ਰਮਜ਼ਾਨ ਪੈਕੇਜ ਚਲੋ ਬਰਾਵਨ ਹੋ ਰੋਵੇ ਦਿਨ ਰਮਜ਼ਾਨ ਪੈਕੇਜ 5000 ਹੋਰ 5000 ਹੋਰ ਹੋ ਗਿਆ 265 ਹੋ ਗਈ ਮਾਸ਼ਾਅੱਲਾ ਜੀ 2 ਲੱਖ ਤੇ 6500 ਹੋਣ ਲੱਗਾ ਨੇ ਅਸਲੀ ਪੈਕੇਜ ਇਹਨੂੰ ਆਖਿਦਾ ਹੈ ਹੈਡੀ ਕਬੂਤਰੀ ਮਾਸ਼ਾਅੱਲਾ ਗਾਏ ਵੇਖੋ ਕਿੱਡੀ ਹੱਟੀ ਕੱਟੀ ਕਮਜ਼ੋਰ ਕੋਈ ਜਾਨਵਰ ਨਹੀਂ ਇਨਸ਼ਾਅੱਲਾ ਬੰਗਾ ਪਸੰਦ ਆ ਜਲਦੀ ਰਾਬਤਾ ਕਰੋ ਸਿਰਫ 2 ਲੱਖ 6500 ਚੱਲਦੇ ਆ ਨੰਬਰ 2 ਜਾਨਵਰ ਲੋ ਜੀ ਦੋਸਤੋ ਦੰਡ ਨੰਬਰ ਆ ਗਿਆ 2 2 ਨੰਬਰ ਤੇ ਜਰਸੀ ਮਾਸ਼ਾਅੱਲਾ ਤੇ ਸਵੀਡਿਸ਼ ਕਰਾਸ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ ਗਾਏ ਦੀ ਬਾਡੀ weight ਵੇ ਕੱਦ ਵੇਖਣਾ ਮਾਸ਼ਾਅੱਲਾ ਹਲਕੇ-ਹਲਕੇ ਸਿੰਘਾਂ ਨੇ ਜੂੰਗੇ ਤੇ ਇੱਕ ਵਾਰੀ ਸਬਾਬ ਵੀ ਵੇਖਣੀ ਹੈ ਤੇ ਇੱਕ ਵਾਰੀ ਜਣਨੀ ਬੈਕ ਸਾਈਡ ਤੋਂ ਮਾਸ਼ਾਅੱਲਾ ਪੋਜੀਸ਼ਨ ਐਡਰ ਦੀ ਕਲਾਸ ਕੁਆਲਟੀ ਇੱਕ ਵਾਰੀ ਵੇਖਣੀ ਹੈ ਇਹ ਕੱਟ ਵਾਲਾ ਲਿਬਾਸ ਐਨੂੰ ਆਖਿਦਾ ਹੈ ਤੇ ਇਹ ਗੁੱਲੇ ਮਾਸ਼ਾਅੱਲਾ ਹਰ ਗਾਂ ਕੋਲ ਨੇ ਜੇ ਹੁੰਦੇ ਮੱਜ ਆਲਾ ਮਾਸ਼ਾਅੱਲਾ ਗੁੱਲਾ ਲੱਗ ਗਿਆ ਗਾਇ ਦੀ ਗਾਤ ਮਾਈ ਦਿਮਾਗੀ ਇੱਕ ਵਾਰੀ ਚੈੱਕ ਕਰਨੀ ਹੈ ਸਬਾਬੋ ਐ ਨਸੋ ਲੋ ਜੀ ਜੀ ਐ ਗੁੱਲਾ ਲੱਗੋ ਆ ਜੀ ਜੀ ਐ ਆਡਰ ਮਾਸ਼ਾਅੱਲਾ ਸਾਰੇ ਕੰਮ ਚ ਪੂਰੇ ਕਾਟੜਾ ਲਈ ਬਾਸ ਬਣਾਇਆ ਹੈ ਜਾਨ ਬਾਡੀ ਬੜੀ ਹੈ ਕੱਦ ਫਿਰ ਬੜਾ चार बच्ची मुह चार के दिखा देखा ये। ये दे बिल्कुल जी चार पूरे कर गए चौक तो छिग हो रही है ठीक हो गया जी ये ये। सुआ पहला, दुजा। जी, सुआ पहला।, पहला।, पहला माशाला बचा जर्सी माशाल्लाह जर्सी आ गई जी वी पुलिसानी करोस है दो बन जाने दो है अच्छा आर्डर आर्डर विखाने तुम एसन दसो दिखा ए दसो बिराव ਦਾ ਚੁਆ ਕਿੰਨਾ ਦੇਣਾ ਦੋ ਜਿਹੜਾ ਪੱਕਾ ਪੱਕਾ ਦੋ ਟਾਈਮ ਦਾ ਜਿਹਦੇ ਦੋ ਟਾਈਮ ਦੀ ਚੁਆਈ ਕਰਾ ਦੇਣੀ 12 ਲੀਟਰ ਦੀ 12 ਲੀਟਰ ਦੀ 12 ਤਾਂ ਵੀ 10 ਦੀ ਕਰਾ ਦੇਣੀ ਜਿਹੜੀ ਮੋਕੇ ਦੀ ਚੁਆਈ ਅੱਛਾ ਠੀਕ ਹੋਵੇ ਜਿਹੜੀ 10 ਕਿਲੋ ਵੀ ਆ ਤਾਂ ਗੋਟ ਵੀ ਗਾਟ ਨਾ ਹੋਵੇ ਇਹ ਗਾਟ ਨਾ ਹੋਵੇ ਅੱਛਾ ਜੀ ਨਾਲ ਵੱਚੀ ਬੋੜਾ ਹੈ ਜਾਂ ਦੁੱਧ ਬਣ ਗਿਆ ਨਹੀਂ ਜੀ ਅੱਜ ਉਮੀਦ ਹੈ ਬਦ ਦੁੱਧ ਬਣ ਜਾਣਾ ਦੁੱਧ ਬਣ ਜਾਂਦੀਆਂ ਦੀ 3-4 ਚੁਆਈ ਹੋਈਆਂ ਨੇ 3-4 ਚੁਆਈਆਂ ਮਾਸ਼ਾਅੱਲਾ ਜੀ ਪਹਿਲਣਾ ਜੀ ਤਿੰਨ ਚਾਰ ਜਵਾਈ ਹੋ ਚੁੱਕੀਆਂ ਨੇ ਗੁੱਲੇ ਇੱਕ ਵਾਰੀ ਦੁਬਾਰਾ ਵੇਖ ਲੈਣੇ ਵੇਨਾ ਬੜੀਆਂ ਸੋਹਣੀਆਂ ਨੇ ਤੇ ਮਾਸ਼ਾਅੱਲਾ ਚੰਗੀ ਸਾਹ ਵਾਲਾ ਜਾਨਵਰ ਜਿਹੜਾ ਬਾਈ ਦੋ ਸਾਹ ਕਰ ਲੈਣੀ ਇਨਸ਼ਾਅੱਲਾ ਰਮਜ਼ਾਨ ਕਰਨ ਜਿਹੜਾ ਬਾਈ ਦੋ ਦੁੱਧ ਨਹੀਂ ਲੋੜ ਹੁੰਦੀ ਹੈ ਚੰਗਾ ਕਰਦੀ ਰਹੇਗੀ ਤੇ ਨਾਲ ਵੱਛੀ ਹੈ 10 ਲੀਟਰ ਮੌਕੇ ਦੀ ਚਵਾਈ ਨਾਲ ਫਿਰ ਪੈ ਕੇ ਲਾਓ ਖਾਜ ਦਾ ਪਿਆਰ ਮੁਹੱਬਤ ਵਾਲਾ ਪਿਆਰ ਮੁਹੱਬਤ ਨਾਲ ਹਾਂ ਜੀ 2 ਲੱਖ 65 ਹਜ਼ਾਰ 2 ਲੱਖ ਤੇ 65 ਹਜ਼ਾਰ ਮਾਸ਼ਾਅੱਲਾ ਜੀ ਪਹਿਲੇ ਨੰਬਰ ਆ ਜਾਨਵਰ 2 ਲੱਖ 65 ਇਹਦੇ ਨਾਲ ਹੀ ਵੱਛੀ ਹੈ 10 ਲੀਟਰ ਦੁੱਧ ਹੈ ਤੇ ਇਦਾਂ ਹੀ ਰਹਿਤ ਕਰੋ ਮਾਸ਼ਾਅੱਲਾ ਬਿਰਾਵਾਂ ਨੂੰ ਕੁਝ ਬਿਰਾਹ ਵੀ ਵਿੱਚੋਂ ਨਹੀਂ ਕਮੀ ਬੇਸ਼ੀ ਕਰਾਉਂਦੇ ਨੇ ਲੇਕਿਨ 255 ਰੇਟਾਂ ਚੋਂ ਰੇਟ ਅਜ ਕੋਈ ਨਹੀਂ ਸਿਰਫ ਤੇ ਮਾਸ਼ਾਅੱਲਾ 2 ਲੀਟਰ ਦੁੱਧ ਵੀ ਹੈ ਨੇ ਸਿਰਫ 255 ਨਾਲ ਵੱੱਚੀ ਪਸੰਦ ਆਏ ਜਲਦੀ ਰਾਬਤਾ ਕਰੋ ਚਲਦੇ ਆ ਨੰਬਰ 3 ਤਰਫ ਲੋ ਜੀ ਦੋਸਤੋ ਨੰਬਰ ਆ ਗਿਆ 3 3 ਨੰਬਰ ਤੇ ਇੱਕ ਹੋਰ ਮਾਸ਼ਾਅੱਲਾ ਬੜੀ ਸੋਹਣੀ ਗਾਂ ਆ ਗਈ ਜੀ ਬੜੇ ਸੋਹਣੇ ਪ੍ਰਿੰਟ ਵਾਲੀ ਚੈੱਕ ਕਰ ਲੈਣੀ ਹੈ ਗਾਂਵਾਂ ਜਿਹੜੀਆਂ ਅੱਜ ਇਨਸ਼ਾਅੱਲਾ ਤੁਹਾਨੂੰ ਚੈੱਕ ਕਰਾ ਸੰਗੇ ਪੈੜ ਦੇ ਲੈ ਕੇ ਆਂਦੇ ਜਰਸੀ ਫਰੀਜ਼ਿੰਗ ਕ੍ਰਾਸ ਮਾਸ਼ਾਅੱਲਾ ਫਿਰ ਚੋਲਿਸਤਾਨੀ ਦੇ ਵਿੱਚ ਕ੍ਰਾਸ ਲੱਗ ਰਿਹਾ ਚੋਲਿਸਤਾਨੀ ਆ ਵੀ ਨਹੀਂ ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਹੈ ਬਾਕੀ ਗਾਂ ਕੋਲ ਜਿਹੜਾ ਗੁੱਲਾ ਨਹੀਂ ਲੱਗਿਆ ਜਾਂ ਜਿਹੜਾ ਸਬਾਬ ਬਣਾਉਣਾ ਓ 마ਸ਼ਾਅੱਲਾ ਤੁਹਾਨੂੰ ਵਿਖਾਉਂਦੇ ਆਂ ਗਾਂ ਮੇਰੀ ਕੱਚੀ ਏ ਗਾਂ ਮੇਰੀ ਤਿਆਰ ਹੋ ਕੇ ਢੇਰਨਾ ਪੈਸਾ ਨਹੀਂ ਢੇਰਨਾ ਬਾਬਾ ਦੀ ਜੀ ਜੀ ਐ ਸਬਾਬ ਉਹ ਐ ਗੁੱਲਾ ਥਾ ਮਾਸ਼ਾਅੱਲਾ ਜੀ ਸਾਹੂ ਅਸੀਲ ਫਿਰ ਬੜ ਗਿਆ ਸਾਹੂ ਅਸੀਲ ਨਸਲ ਐ ਜਾਨ ਬਾਡੀ ਵੇਖ ਲਈ ਜੀ ਜੀ ਐ ਵੇਖੋ ਤੇ ਐਡੀ ਮਾਸ਼ਾਅੱਲਾ ਬਾਡੀ ਪੁੱਠਾ ਵਿਖਾ ਬਾਡੀ ਵਿਖਾ ਦੇਣੀ ਆ ਜੀ ਜਾਨ ਬਾਡੀ ਚੰਗੀ ਐ ਗਾਇ ਕੋਲ ਇੱਕ ਵਾਰੀ ਫੇਸ ਵੀਰ ਕਰਿਆ ਜਨਾਬ ਐ ਫੇਸ ਦੀ ਵੇਖ ਲੈਣੀ ਐ ਜਰਸੀ ਵਾਲਾ ਫੇਸ ਦੰਦ ਪਾਟ ਕੇ ਵਿਥੇ ਵਿਖਾ ਦੇਣੇ ਆ ਜਨਾਬ ਐ ਚੈੱਕ ਕਰਦੇ ਮੂੰਹ ਚچھے ਦੰਦ ਮੂੰਹ ਚچھے ਦੰਦ ਅੱਛਾ ਠੀਕ ਹੋ ਗਿਆ ਜੀ ਯਾਨੀ ਦੂਸਰਾ ਸੁਆ ਇਸ ਦਾ ਇਹ ਦੋ ਜਾ ਸੁਆ ਮਾਸ਼ਾਅੱਲਾ ਥੜਾ ਦੀ ਸਾਫ ਸੁਥਰੀ ਐ ਸਾਫ ਸੁਥਰੀ ਐ ਅਗਲੀ ਗਾਰੰਟੀ ਮੇਰੀ ਅਗਲੀ ਗਾਰੰਟੀ ਠੀਕ ਹੋ ਗਿਆ ਜੀ ਕੋ ਪਾਸੇ ਮਾਸ਼ਾਅੱਲਾ ਵੇਖ ਲੈਣੀ ਹੈ ਲੈਂਥ ਬੜੀ ਹੈ ਗਾਇ ਕੋਲ ਜਾਨ ਬਾਡੀ ਅੱਛੀ ਹੈ ਸਰਦੀ ਗਰਮੀ ਚੱਲਣ ਵਾਲੀ ਤੇ ਇੱਕ ਵਾਰੀ ਆ ਵੇਨਾ ਵੇਖਣੀ ਆ ਨਜੇ ਮਾਸ਼ਾਅੱਲਾ ਗੱਭਣ ਪਈ ਹੈ ਕਿੱਡੀ ਸੋਹਣੀ ਬਣਾ ਰਹੀ ਹੈ ਤੇ ਗੁੱਲੇ ਵੇਖਣੇ ਨੇ ਤੇ ਸਬਾਬ ਜੇ ਬੜਾ ਬਣਾਵੇਗੀ ਇਨਸ਼ਾਅੱਲਾ ਅਜੇ ਕੁਝ ਵੀ ਨਹੀਂ ਜੀ ਜੀ ਬਿਲਕੁਲ ਕੱਚੀ ਪਈ ਹੈ ਤਕਰੀਬਨ ਹੀ ਤਕਰੀਬਨ 5-6 ਜਿਆੜੇ ਅੱਛਾ ਸੋਈ ਹੈ ਜੀ ਜੀ

ਦੋ ਲੱਖ ਨਵੇਂ ਆਜ ਕੱਚੀ ਕਰਕੇ ਚਾਚੂ ਕੱਚੀ ਜੀ ਹੈ ਥੋੜਾ ਕੱਚਾ ਰੇਟ ਫਿਰ ਹੋ ਵੰਜੇ ਬਰਾਵਨ ਪਿਆਰ ਮੁਹੱਬਤ ਇੱਕੋ ਹੀ ਕਰਨੀ ਹੈ ਇਹਦੇ ਤੋਂ ਬਾਅਦ ਮੈਂ ਨਾ ਕਰਾਗਾ ਤੁਸੀਂ ਆਪੇ ਕਰਨੀ ਹੈ ਹੁਣ ਜਿਹੜਾ ਵਿਰਾ ਪੱਕਾ ਜਿਹਾ ਰੇਟ 85000 ਦੋ ਲੱਖ ਦੋ ਲੱਖ 85 ਜੀ ਦਾ ਠੀਕ ਹੋ ਗਿਆ ਜੀ ਰੇਟ ਮਾਸ਼ਾਅੱਲਾ ਬੜੇ ਸੋਹਣੇ ਲਾ ਲੈਣ ਬਿਲਕੁਲ ਰਮਜ਼ਾਨ ਪੈਕੇਜ ਚੋਂ ਆਪਣੀ ਜਾਇਜ਼ ਮਜ਼ਦੂਰੀ ਰੱਖ ਕੇ ਲੈਣਾ ਹੱਕ ਹੀ ਬਣਦਾ ਹੈ ਮਾਸ਼ਾਅੱਲਾ ਇਤਨੀ ਮਿਹਨਤ ਕਰਕੇ ਜਾਨਵਰ ਲੈ ਆਉਣੇ ਇਸ ਰੋਜ਼ਾ ਰੱਖ ਕੇ ਸੌਖਾ ਕੋਈ ਨਹੀਂ ਹੁੰਦਾ 2 ਲੱਖ 85000 ਜਿਹਨੂੰ ਪਸੰਦ ਹੈ ਰਾਬਤਾ ਕਰੋ

ਤੇ ਚੰਗੀ ਚਮਕ ਰਹੀ ਹੈ ਕਾਲੀ ਹੈ ਫਿਰ ਚਮਕ ਕਿਤਨੀ ਹੈ ਇੱਕ ਵਾਰੀ ਜ਼ਰਾ ਉਸ ਕੋਲ ਵੇਖਣੀ ਹੈ ਲੰਬਾਈ ਬੜੀ ਹੈ ਜਾਨ ਬਾਡੀ ਤੇ ਕੱਚੀ ਜ਼ਰੂਰ ਪਈ ਹੈ ਇਹ ਗੱਲ ਹੈ ਲੈ ਕੇ ਜਿਹੜੇ ਭਾਈ ਦਸ ਲੈ ਲੈਣੇ ਅੱਜ ਕੱਚੇ ਕਰਕੇ ਭਾਈ ਲਈ ਨਾ ਇਹ ਗੁੱਲੇ ਵੇਖ ਰਹਿਣਾ ਇੱਥੇ ਚੰਗੀ ਗੁੱਲੇ ਵੇਖੋ ਮਾਸ਼ਾਅੱਲਾ ਥਣ ਵੇਖੋ ਮਾਸ਼ਾਅੱੱਲਾ ਫਾਸਲੇ ਤੇ ਲੱਗੀ ਹੋਈ ਨੇ ਤੁਹਾਡੇ ਸਾਹਮਣੇ ਆ ਜੀ ਮੋਠ ਬਾਰ ਥਣ ਨੇ ਮੋਠ ਨਾਲ ਬਾੜੇ ਇਨਸ਼ਾਅੱਲਾ ਸੂਕੇ ਉਲਟਾ ਬਣਾਵੇਗੀ ਬਾਕੀ ਆ ਵੇਖ ਲੈਣੇ ਸਾਊ ਸੀਲ ਸ਼ਰਾਫਤ ਆ ਮਾਸ਼ਾਅੱਲਾ ਗਾਇਆ ਜੀ ਇੱਕ ਵਾਰੀ ਲੰਬਾਈ ਜਰ ਇੱਕ ਵਾਰ ਚੈੱਕ ਕਰਨੀ ਹੈ ਇਹ ਹੁੰਦੀ ਹੈ ਜੀ ਜਰਸੀ ਜਰਸੀ نسل ਹੁੰਦੀ ਹੈ ਫਿਰ ਇਹਦੇ ਵਿੱਚ ਕ੍ਰਾਸ ਵੀ ਥੋੜਾ ਬਹੁਤ ਹੈ ਕਿਉਂਕਿ ਗਰਮੀ ਚੱਲਣ ਵਾਲੀ ਹੈ ਨਾ ਗਾਂ ਇੱਥੇ ਗਰਮੀ ਸਰਦੀ ਨਾ ਕਰਸੀ ਮਾਸ਼ਾਅੱਲਾ ਮੌਸਮ ਚੱਲ ਰਿਹਾ ਮੌਸਮ ਅੱਛਾ ਅੱਗ ਦੀ ਗਾਂ ਦੂਸਰਾ ਸੁਆ ਜਨਾਬ ਇਸ ਦਾ ਮਾਸ਼ਾਅੱਲਾ ਇਹ ਵੀ ਥਣਾ ਦੀ ਜੀ ਗਾਰੰਟੀ ਹੈ ਸਾਫ ਸੁਥਰੀ ਬੇਸ਼ੱਕ ਮੌਕੇ ਤੇ ਆਨਲਾਈਨ ਮੰਗਾਓ ਆਨਲਾਈਨ ਮੰਗਾਵੇ ਤੇ ਇੱਕ ਵਾਰੀ ਇਸ ਬਾਬ ਜੇ ਬਣਾਉਣਾ ਇੱਕ ਵਾਰੀ ਚੈੱਕ ਕਰਾ ਦਿੰਨੇ ਆ ਤੁਹਾਨੂੰ ਦੂਰੋ انشاءاللہ زوم کر کے کیونکہ کوئی بات گائی ہوندیاں نے ٹرائی پاڈ تو ڈر ویندی نے ضرور لیکن ایک واری یا چیک کر لینی ہے ایتھے ماشاءاللہ کوالٹی گا ماشاءاللہ نسلی بڑی ہے تے نسلی ماشاءاللہ جڑی آن اف ثواب بھی بڑیاں بناندے نے تے باقی چیک کر سکدے ہو اے ماشاءاللہ آرڈر تھانے وکھا دینے آ اے دس گیا جناب کوئی مسئلہ نہیں براون پتہ ہے کچی پئی ہے تیار ہے یہ جرسی جڑی گاں بندی بڑی ہے تے اج پیکج لاو جی اس دا تسی براون ਜਰਸੀ ਗਾ ਬੜੀ ਨਸਲੀ ਮਾਸ਼ਾਅੱਲਾ ਪੈ ਕੇ ਪਿਆਰ ਮੁਹਬਤ ਨਾਲ ਅੱਜ ਤਿਆਰ ਹੋਈ ਤੇ ਕਿੰਨੇ ਦੀ ਹੈ ਅੱਜ ਕਿੰਨੇ ਦੀ ਤਿਆਰ ਹੋਈ 3 ਲੱਖ 30 ਹਜ਼ਾਰ ਦੀ ਗਾ ਅੱਜ ਕਿੰਨੇ ਦੀ ਆਜੋ ਜੀ ਜੀ 2 ਲੱਖ 85 ਹਜ਼ਾਰ 2 ਲੱਖ 85 ਹਜ਼ਾਰ ਮਾਸ਼ਾਅੱਲਾ ਜੀ ਦੋਸਤੋ ਇਹ ਜਰਸੀ ਗਾ ਵੇਖੋ 2 ਲੱਖ 85 ਹਜ਼ਾਰ ਇਧਰ ਚ ਮਜ਼ੀਦ ਪਿਆਰ ਮੁਹੱਬਤ ਜਿਹੜੇ ਕੁਆਲਿਟੀ ਦਾ 2 ਲੱਖ 80 ਹਜ਼ਾਰ 2 80 ਇਧਰ ਚ ਪਿਆਰ ਮੁਹੱਬਤ ਨਹੀਂ ਹੁੰਦਾ ਸਾਨ ਬਚਣਾ ਪੌਣੇ 3 ਲੱਖ ਕਰ ਦੇ ਜੀ ਇਹਦੇ ਦਾ ਕਰ ਦਿਓ ਮਾਸ਼ਾ ਅੱਲਾਹ ਜੀ ਮਾਸ਼ਾ ਅੱਲਾਹ ਰਮਜ਼ਾਨ ਦਾ ਪੈਕੇਜ ਹੈ ਤੇ ਫਿਰ ਮੇਰੀ ਗੱਲ ਨਹੀਂ ਮਾਸ਼ਾ ਅੱਲਾਹ ਮੋੜ ਦੇ 275 ਹਜ਼ਾਰ ਪੌਣੇ 3 ਲੱਖ ਹੋ ਗਿਆ ਮਾਸ਼ਾ ਅੱਲਾਹ ਅੱਜ ਮੌਕਾ ਤੁਹਾਡੇ ਕੋ ਖਰੀਦਣਾ ਕਰਨ ਸਿਰਫ ਕੱਚੀ ਹੈ ਨਹੀਂ ਲੇਕਿਨ ਜਿਹੜੇ ਭਾਈ ਦੋਸਤ ਯਾਰ ਕਰ ਲੈਣਾ ਅਗੋਂ ਮਾਸ਼ਾ ਅੱਲਾਹ ਅਗਰ ਤੁਸੀਂ ਸੇਲ ਕਰਨਾ ਚਾਹਦੇ ਹੋ 5-6 ਦਿਨ ਲੈਂਦੀ ਹੈ ਤਿਆਰ ਕਰਕੇ ਅਗਰ ਸੇਲ ਕਰਨਾ ਚਾਹਦੇ ਹੋ ਤੁਹਾਨੂੰ ਪ੍ਰਾਫਿਟ ਜਾ ਸਕਦਾ ਹੈ ਘਰ ਰੱਖਣੇ ਚਾਹਦੇ ਹੋ ਤਾਂ ਇਹ ਮਾਸ਼ਾ ਅੱਲਾਹ ਫਿਰ ਬੜੀ ਚੰਗੀ ਹੈ ਸਿਰਫ ਪੌਣੇ 3 ਲੱਖ ਚ ਪਸੰਦ ਆ ਜਲਦੀ ਲੋ ਜੀ ਦੋਸਤੋ ਆਖਰੀ ਪੈਕੇਜ ਆ ਗਿਆ ਜਿਸ ਸਕਰੀਨ ਤੇ ਤੁਹਾਡੇ ਸਾਹਮਣੇ ਮਾਸ਼ਾਅੱਲਾ ਆ ਗਿਆ ਕਿ ਇੱਕ ਪੈਕੇਜ ਜ਼ਰੂਰ ਹੈ ਐਂਡ ਤੇ ਤੇ ਉਹ ਵੇਖ ਸਕਦੇ ਹੋ ਤਾਜੀ ਸੂਈਏ ਗਾਂ ਹੈ ਸਿਰਫ ਇਹ ਹੈ ਨਾ ਕਿ ਤੁਹਾਨੂੰ ਪਤਾ ਹੈ ਕਾਰਬਾਰ ਜਿਹੜੇ ਕਰਦੇ ਨੇ ਵਪਾਰੀਓ ਜਾਨਵਰ ਲੈ ਹੁੰਦੇ ਉਹਨਾਂ ਕੋਲ ਇੱਕ ਦੋ ਡੇੜੇ ਰੰਦ ਹੈ ਥੱਲੇ ਹੈ ਜਿਸ ਦੇ ਬੱਚਾ ਲੇਕਿਨ ਸਿਰਫ ਸਾਂਭੀ ਹੈ ਕੋਣੀ

ਕਿਉਂਕਿ ਨਾ ਭਾਈ ਦੋ ਸਾਧ ਦੇ ਨੇ ਕਿ ਸਹੀ ਤਸਲੀ ਨਾ ਵੀ ਖਾਇ ਕਰਤ ਇਨਸ਼ਾ ਅੱਲਾ ਵੀ ਖੋਸ ਸੰਗ ਹੈ ਚੈੱਕ ਕਰ ਸਕਦੇ ਹੋ 4 ਤੋਂ 5 ਲੀਟਰ ਦੁੱਧ ਹੈ ਬੇਸ਼ੱਕ ਚੋਲੋ ਬੇਸ਼ੱਕ ਉਹਨੇ ਮੰਗਾਇਆ ਚਾਚੂ ਇਹਦੇ ਚ ਕੋਈ ਪਿਆਰ ਮੁਹੱਬਤ ਕਰਸੋ ਗਿਆ ਫਾਈਨਲ ਰੇਟ ਕਰ ਦੋ ਚਲੋ ਜੀ ਪਿਆਰ ਮੁਹੱਬਤ ਕਰ ਦਿਓ ਕਿੰਨੇ ਕਰੀ ਜੀ 1 ਲੱਖ 40 ਜੀ ਮਾਸ਼ਾ ਅੱਲਾ ਜੀ 1 ਲੱਖ ਤੇ 40 ਹਜ਼ਾਰ ਦੇ ਅੱਜ ਮਾਸ਼ਾ ਅੱਲਾ ਮੌਕਾ ਹੈ ਜੀ